ਲੈ ਲਈ ਆ ਤੂੰ ਅੱਜ ਉੱਗੇ ਖਲੋਗੇ ਸਭ ਦਾ ਫੋਨ ਡਿੱਗ ਗਿਆ ਓਏ ਹਾਂਜੀ ਤੇ ਕਿੱਦਾਂ ਮਿੱਤਰੋ ਕੀ ਹਾਲ ਚਾਲ ਉਮੀਦ ਕਰਦਾ ਤੁਸੀਂ ਸਾਰੇ ਵਧੀਆ ਹੋ ਗਏ ਤੇ ਮਿੱਤਰੋ ਅੱਜ ਅਸੀਂ ਚੱਲੇ ਹਾਂ ਗੱਡੀ ਕਰਾਈ ਸੀ ਬੁੱਕ ਅਤੇ ਸਕਾਰਪੀਓ ਲੈਣ ਅਤੇ ਬਲੈਕ ਕਲਰ ਦੀ ਅਤੇ ਹੁਣ ਅਸੀਂ ਚੱਲੇ ਦਾੜੀ ਕਟਾਉਣ ਤਿਆਰ ਤਿਉਰ ਲਏ ਅਸੀਂ ਹੋਣਾ ਬਾਅਦ 'ਚ ਅਤੇ ਗੱਲ ਇੱਦਾਂ ਕਿ ਨਾਲੇ ਅਸੀਂ ਉੱਧਰੋਂ ਲੈ ਜਾਣਾ ਤਰਨ ਨੂੰ ਉਹਨੇ ਨਾਲ ਜਾਣਾ ਵਾ ਅਤੇ ਪਾਪਾ ਜੀ ਨੂੰ ਦੇਣਾ ਸਰਪ੍ਰਾਈਜ਼ ਅਤੇ ਸਾਰਿਆਂ ਨੇ ਜਾਣਾ ਨਾਲ ਚਾਚੇ ਨੇ ਜਾਣਾ ਪਾਪਾ ਨੇ ਜਾਣਾ ਵਾ ਪਾਪਾ ਜੀ ਨੇ ਜਾਣਾ ਵਾ ਅਤੇ ਨਾਲ ਤਰਨ ਨੇ ਜਾਣਾ ਵਾ ਅਤੇ ਪਾਪਾ ਜੀ ਨੂੰ ਦੇਣਾ ਅਸੀਂ ਸਰਪ੍ਰਾਈਜ਼ ਉਹਨਾਂ ਨੂੰ ਦੱਸਣਾ ਨਹੀਂ ਆ ਅਤੇ ਚਲੋ ਫਿਰ ਦੱਸਦੇ ਅੱਗੇ ਦਾੜੀ ਕਟਾਈਏ ਫਿਰ ਹੁੰਦੇ ਤਿਆਰ ਅਤੇ ਚਲੋ ਫਿਰ ਮੈਂ ਕਰ ਲਈਏ ਮਾੜਾ ਜਿਹਾ ਸ਼ੂਟ ਫਿਰ ਤਿਆਰ ਤਿਉਰ ਹੋ ਗਏ ਫਿਰ ਦੱਸਾਂਗੇ ਵੀ ਮੈਂ ਦੱਸਤਾ ਵੀ ਗੱਡੀ ਲੈਣ ਚੱਲੇ ਹਾਂ ਅਤੇ ਵਲੋਗ ਨੂੰ ਐਂਡ ਤੱਕ ਜ਼ਰੂਰ ਵੇਖਿਓ ਅਤੇ ਗੱਡੀ ਐਨ ਨਹੀਂ ਆ ਗੱਡੀ S11 ਕਲਾਸਿਕ ਅਤੇ ਚਲੋ ਫਿਰ ਤਿਆਰ ਸ਼ਿਆਰ ਹੋ ਗਏ ਅਤੇ ਫਿਰ ਮਿਲਦੇ ਤੁਹਾਨੂੰ ਨਾਲੇ ਤਰਨ ਨੂੰ ਚੁੱਕਦੇ ਹਾਂ ਤਿਆਰ ਆਣ ਕੇ ਹੋਵਾਂਗੇ ਹੈ ਨਾ ਵਕੀਲ ਸਾਹਿਬ ਚਾਹੀਦੇ ਹੈ ਨਾ ਨਾਲ ਸਿਆਣਾ ਬੰਦਾ ਚਾਹੀਦਾ ਕੋਈ ਨਾ ਕੋਈ ਨਾਲ ਹੈ ਨਾ ਹਾਂ ਚਲੋ ਫਿਰ ਭਾਪੇ ਨੂੰ ਅਸੀਂ ਕਿਹਾ ਵੀ ਉੱਦਾਂ ਕੋਈ ਕੰਮ ਵਾ ਫਾਈਲ ਫੁਈਲ ਦਾ ਉੱਥੇ ਜਾਣਾ ਵਾ ਅਤੇ ਦੇਣਾ ਸਰਪ੍ਰਾਈਜ਼ ਅਤੇ ਚਲੋ ਫਿਰ ਭਾਪੇ ਨੂੰ ਨਹੀਂ ਦੱਸਣਾ ਅਸੀਂ ਤੁਹਾਡੇ ਸਾਹਮਣੇ ਹੀ ਵੇਖਿਓ ਤੁਸੀਂ ਤੁਹਾਨੂੰ ਮਤਲਬ ਅਸੀਂ ਕਹਿਣਾ ਫਾਈਲ ਲੈਣ ਜਾਣਾ ਇੱਦਾਂ ਉੱਦਾਂ ਭਾਪੇ ਨੂੰ ਉੱਥੇ ਜਾ ਕੇ ਦੱਸਣਾ ਬਸ ਏਜੰਸੀ 'ਚ ਲੋ ਮਿੱਤਰੋ ਦਾੜੀ ਕਿਸੇ ਰੀਜਨ ਕਰਕੇ ਨਹੀਂ ਕਟਾਈ ਅੱਜ ਅਤੇ ਹੁਣ ਅਸੀਂ ਜਾਣ ਡੇ ਤਰਨ ਨੂੰ ਲੈਣ ਤਰਨ ਨੂੰ ਲੈ ਕੇ ਅਤੇ ਫਿਰ ਅਸੀਂ ਹੋਵਾਂਗੇ ਤਿਆਰ ਯਾਰ ਅਤੇ ਫਿਰ ਅਸੀਂ ਜਾਵਾਂਗੇ ਰੋਪੜ ਗੱਡੀ ਲੈਣ ਰੋਪੜੋਂ ਲਈ ਹੈ ਕਿਉਂਕਿ ਤੁਹਾਨੂੰ ਪਤਾ ਸਕਾਰਪੀਓ ਇੱਧਰੋਂ ਨਹੀਂ ਮਿਲਦੀ ਬੜੀ ਡਿਮਾਂਡ ਉਹਦੀ ਬਲੈਕ 'ਚ ਮਿਲੀ ਆ ਅਤੇ ਚਲੋ ਫਿਰ ਵਕੀਲ ਸਾਹਿਬ ਆ ਗਿਆ ਉਹ ਲੈ ਓਹ ਵਕੀਲ ਸਾਹਿਬ ਦਾ ਫੋਨ ਡਿੱਗ ਗਿਆ ਓਏ ਆ ਗਏ ਦੁੱਧ ਲੈ ਕੇ ਆਏ ਆ ਹੈ ਬੱਲੇ 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 ਕਰ ਲੈਨੇ ਆ ਹੋਰ ਕੀ ਹਾਲ ਆ ਨਹੀਂ ਬਾਅਦ ਚੱਲੀਏ ਰੋਟੀ ਖਾਂਦੇ ਹੋਏ ਲੋ ਮਿੱਤਰੋ ਹੋ ਗਏ ਰੈਡੀ ਸ਼ੈਡੀ ਤਾਂ ਹੁਣ ਅਸੀਂ ਜਾਵਾਂਗੇ ਓਕੇ ਰਿਪੋਰਟ ਕਰੋ ਹੁਣ ਬਾਬਾ ਲੈ ਵੀ ਹਾਂ ਪਾਪੇ ਹੋਣੀ ਵੀ ਨਾਲ ਵਾ ਪਰ ਦੱਸਣਾ ਨਹੀਂ ਪਾਪੇ ਨੂੰ ਹਲੇ ਹੈ ਕੋਈ ਗੱਲ ਨਹੀਂ ਕਰਨੀ ਉੱਥੇ ਜਾ ਕੇ ਆਵਾਂਗੇ ਸਾਨੂੰ ਕੋਈ ਕੰਮ ਵਾ ਅਤੇ ਅਸੀਂ ਆ ਗਏ ਏਜੰਸੀ 'ਚੋਂ ਪਤਾ ਕਰਕੇ ਫਿਰ ਦੇਵਾਂਗੇ ਸਰਪ੍ਰਾਈਜ਼ ਤਾਂ ਚਲੋ ਕੀ ਕਹਿਣ ਡੇ ਜੇ ਕੀ ਕਹਿਣ ਡੇ ਜੇ ਜਾਣਾ ਕਿੱਥੇ ਉਹ ਚੰਡੀਗੜ੍ਹ ਜਾਣਾ ਕਿਆ ਦੱਸਿਆ ਤਾਂ ਹੈਗਾ ਤੁਹਾਨੂੰ ਉਹ ਇੱਥੋਂ ਦੀ ਹੈ ਸੌਖਾ
ਇਹ ਹਰੀਵੇ ਛੇਤੀ ਜਾਣਾ ਵਾ ਇੱਥੋਂ, ਉਧਰੋਂ ਰਸ਼ ਹੁੰਦਾ ਵਾ। ਨਹੀਂ ਤੂੰ ਵਾਕਿਆ ਕਿ ਪਾਪਾ ਠੀਕ ਆ, ਜਿੱਦ ਕਿ ਠੀਕ ਆ। ਕਿਧਰੋਂ ਭਲਾ ਐਵੇਂ ਤੂੰ ਉੱਥੇ ਪਹੁੰਚੀਦਾ? ਇੱਥੇ ਨਹੀਂ ਪਹੁੰਚੀਦਾ, ਉਹ ਰੋਪੜੀ ਜਾਣਾ ਤਾਂ ਉੱਧਰ। ਇੱਥੇ ਹਿਸ਼ਿਆਰਪੁਰ ਹੀ ਗਏ ਹੋਣਾ ਅਸੀਂ ਹਲੇ, ਸ਼ਾਰਟਕਟ ਹੀ ਚੱਲੋ ਯਾਰ। ਨਾਲੇ ਹੁਣ ਅਪੋਇੰਟਮੈਂਟ ਹੀ ਉੱਥੇ ਇੰਨੇ ਦੀ ਆ ਤੇ ਦਫ਼ਤਰ ਤੇ, ਹੁਣ ਕੀ ਕਰਨਾ ਇੰਨੀ ਛੇਤੀ ਜਾ ਕੇ। ਲੁਧਿਆਣੇ ਦਾ ਨੀ ਹੋ ਗਿਆ ਜਾਇਓ ਵੇ, ਅਗਾਂ ਠੀਕ ਹੈ ਬਗਵਾੜੇ ਦਾ ਧਿਆਣੇ ਹੋ ਜੀ। ਹਾਂ ਆਹੋ ਲੁਧਿਆਣੇ ਵੀ ਖਰੜ ਹੋ ਜਾ ਗਈ ਪੁਰਾਣੀ, ਅੱਧਾ ਘੰਟਾ ਉਦਾਂ ਵੇਟ ਕਰਨੀ ਪੈਣੀ ਆ ਜੀ ਦਿੰਦੇ ਆ। ਨਹੀਂ ਨਹੀਂ ਦਿੰਦੇ ਕੀ, ਉਦਾਂ ਵੇਖਣੀ ਆ। ਹਾਂ ਮਤਲਬ ਕਦੋਂ ਦੀ ਕਦੋਂ ਤੱਕ ਫ੍ਰੀ ਦਿੰਦੇ ਆ? ਹਾਂ ਠੀਕ ਕਦੋਂ ਦਿੰਦੇ ਆ? ਆਹੀ ਜਣਾ ਹਾਂ ਭਾਈ, ਇਹ ਰੋਡ ਤੇ ਦਿਓ ਆ ਜਿੰਦੀ ਆ। ਹਾਂ ਲੱਗ ਗਈ ਕਰਦੇ, ਚੱਲ ਵੇਖ ਹੀ ਜਾਂਦੇ ਆ। ਚੱਲ ਵੇਖ ਹੀ ਲੈਣੇ ਯਾਰ, ਵੇਖ ਹੀ ਲੈਣੇ ਫਿਰ। ਹੈਂ ਟਾਈਮ ਪਾਸ ਕਰਨਾ ਉੱਦਾਂ ਵੀ ਵੇਖ ਲੈਂਦੇ ਹਾਂ, ਵੜ ਜਾਂਦੇ ਕਿਸੇ ਏਜੰਸੀ 'ਚ। ਹੁਣ ਭਾਬੇ ਨੂੰ ਪਤਾ ਲੱਗ ਜਾਣਾ ਵਾ ਵੀ ਕਿੱਧਰ ਜਾਣ ਡੇ, ਉਹ ਲੱਗ ਗਿਆ ਪਤਾ, ਲੱਗ ਗਿਆ ਪਤਾ, ਲੱਗ ਗਿਆ ਪਤਾ ਹੁਣ ਉਹ ਇਹ ਨਾ ਲੱਗ ਗਿਆ। ਭਾਬੇ ਨੇ ਉਂਗਲੀ ਮਾਰੀ ਇੱਦਾਂ ਇੱਦਾਂ, ਸਪਰਾਈਜ਼ ਬੜਾ ਤਕੜਾ ਹੈ। ਪੜ ਲਿਆ ਭਾਪੇ ਨੇ ਪਹਿਲਾਂ ਹੀ, ਭੈਣ ਚ ਬੜਾ ਕੰਮ ਇਹਨਾਂ ਦਾ, ਇੱਥੇ ਲਾ ਦੇ ਪਿੱਛੇ ਲਾ ਲਾ। ਹਾਂ ਉਹਦੀ ਲੱਗੀ ਖਰੇ ਕਰੇਟਾ, ਉਹ ਅੱਗੇ ਲੈ ਜਾ ਅੱਗੇ ਲੈ ਜਾ ਅੱਗੇ ਲੈ ਜਾ ਅੱਗੇ ਲੈ ਜਾ ਗੱਡੀ। ਹਾਂ ਹਾਂ ਇੱਥੇ ਲਾ ਲਾ, ਇੱਥੇ ਗੱਡੀ ਗੱਡੀ ਸੱਜੇ ਕਰ ਲਾ ਜਾਂ ਹੁਣ ਜੇ ਅੱਗੇ ਲਾਈ ਆ। ਵੇਖ ਲਈਏ ਮੈਂ ਕਿਹਾ ਗੱਡੀ ਗੁੱਡੀ ਕੋਈ, ਗੱਡੀ ਵੇਖ ਲਈ ਆ, ਵੇਖ ਲਈਏ ਕਿ ਆਹੋ ਹੋਰ ਪਤਾ ਲੱਗ ਗਿਆ ਵਾ। ਵਿਖਾ ਦਈਏ ਮੈਂ ਭਾਪੇ ਨੂੰ ਗੱਡੀਆਂ, ਦਸ ਮਿੰਟ ਹੈਗੇ ਆ, ਚਾਰ ਵੀਹ ਤੇ ਜਾਣਾ, ਆਹੋ ਆ ਲੱਗ ਗਈ ਆ। ਨਹੀਂ ਨਾ ਲੱਗਾ ਪਤਾ ਅਜੇ, ਹੈਲੋ ਗੇਅਰ ਪਾ ਤਾ ਨਾ, ਗੇਅਰ ਭਰਦਾ ਮੈਂ, ਐਨ ਕੱਢ ਲਈ, ਐਨ ਕੱਢ ਮੰਮਾ, ਫੋਨ ਕੱਢ ਲੈ ਯਾਰ ਵਿੱਚੋਂ ਕਿਹੜਾ ਉਹ, ਬਸ 10 ਮਿੰਟ ਲੱਗਣੇ ਆ ਆ, ਇੱਥੇ ਹੀ ਆ ਉਹ ਸਾਹਮਣੇ ਬਿਲਡਿੰਗ ਚ ਚਲੇ ਜਾਣਾ ਉਹਨਾਂ ਨੇ ਫੇਰ ਹੁੰਦਾ ਕੀ ਫਾਇਦਾ, ਉਹ ਰਾਤ ਤੱਕ ਇੱਥੇ ਆ, ਕੋਈ ਗੱਲ ਨਹੀਂ ਫੋਨ ਲਾਤਾ ਇਹਨਾਂ ਨੂੰ ਕੌਣ ਚਲੋ ਆ ਵੀ ਕੰਮ ਵੇਖ ਲਈਏ, ਮੈਂ ਫਿਰ ਗੱਡੀ ਗੁੱਡੀ ਲੈ ਲਾਂਗੇ ਓਏ, ਉਦਾਂ ਵੇਖਣ ਆਏ ਆ ਵੀ ਚੱਲ
ਜਸਲੀਨ ਦਾ ਕੰਮ ਕਰਾਉਣਾ ਆ ਤਾਂ ਕਰਕੇ ਕਹਿੰਦੇ ਮਿਲ ਲੋ ਸਰਪ੍ਰਾਈਜ਼ ਹਲੇ ਤੱਕ ਬਣਿਆ ਵਾ ਹੈਨਾ ਚਲੋ ਮੈਂ ਉਹਨੂੰ ਮੁੰਡੇ ਨੂੰ ਫੋਨ ਕਰ ਲਾਂ ਫਿਰ ਅੰਦਰੋਂ ਆ ਜਾਊਗਾ ਬਾਹਰ ਓਕੇ ਰਿਪੋਰਟਾਂ ਇਹ ਆਪਣੀ ਆ ਅੱਛਾ ਆਪਣੀ ਲੈਣੀ ਆ ਹੁਣ ਇੱਥੇ ਜਾਣਾ ਵਾ ਦੱਸਿਆ ਨਹੀਂ ਆ ਸਰਪ੍ਰਾਈਜ਼ ਆ ਸੋਹਣੀ ਆ ਯਕੀਨ ਹੋ ਗਿਆ ਸਾਬੇ ਨੇ ਲੈ ਇੱਕਦਮ ਗੱਡੀ ਲੈ ਲਈ ਯਾਰ ਹਜੇ ਵੀ ਨਹੀਂ ਹੋਇਆ ਮਗਰ ਸੀਟਾਂ ਜੇ ਹਾਂਜੀ ਹਾਂਜੀ ਲੱਗ ਗਿਆ ਵੈਬਸਾਈਟ ਤੇ ਸਕਰੀਨ ਪਹਿਲਾਂ ਹੀ ਆ ਸਾਰਾ ਕੁਝ ਚਲੋ ਕੋਈ ਗੱਲ ਨੀ ਕੋਈ ਗੱਲ ਨੀ ਕੋਈ ਗੱਲ ਨੀ ਕਰ ਕਰ ਹਾਂ ਵੀ ਕਿੱਦਾਂ ਫਿਰ ਵਧੀਆ ਲਾਉਂਦੇ ਫੋਟੋ ਬਾਅਦ ਹੀ ਲਾਉਂਦੇ ਆ ਕੋਈ ਨੀ ਚਲੋ ਫਿਰ ਅੰਦਰ ਕਰ ਲਈਏ ਕਰਦੇ ਬੰਦ ਲੋ ਵੀ ਵੇਲੀ ਗੱਡੀ ਹੈ ਹੁਣ ਪਾਪਾ ਕਿਤੇ ਖੁਸ਼ ਹੋਏ ਸਾਡੇ ਮੈਂ ਸ਼ੁਗਰ ਹੁਣ ਕਿਤੇ ਖੁਸ਼ ਹੋਏ ਉਹ ਤਾਂ ਮਿਲੂਗਾ ਉਹ ਤਾਂ ਮਿਲੂਗਾ ਚਲੋ ਵੀ ਫੋਟੋ ਫਾਟਾ ਵੀ ਲਾਉਂਦੇ ਆ ਫਿਰ ਸਾਰਾ ਕੁਝ ਕਰ ਲੈਣਾ ਹਾਂਜੀ ਇੱਥੇ ਉਹ ਲੱਗ ਗਿਆ ਮੰਗਾ ਹੀ ਦੇਣਾ ਮੈਨੂੰ ਤੁਸੀਂ ਅੱਧਾ ਕੁ ਘੰਟਾ ਦਿਓ ਲੱਗ ਗਈ ਸਾਡੀ ਗੱਡੀ ਉਹਦੇ ਥੱਲੇ ਕੱਲ ਦੀ ਆਈ ਆ ਕੱਪੜਾ ਪਾ ਕੇ ਆਣਾ ਲਾਓ ਯਾਰ ਸਰਪ੍ਰਾਈਜ਼ ਦਿੱਤਾ ਤੁਹਾਨੂੰ ਸਰਪ੍ਰਾਈਜ਼ ਦਿੱਤਾ ਵਾ ਤੁਹਾਨੂੰ ਸਰਪ੍ਰਾਈਜ਼ ਦਿੱਤਾ ਕੋਈ ਗੱਲ ਨਹੀਂ ਹਾਂ ਠੀਕ ਹੈ ਨਹੀਂ ਹਾਂ ਉਹ ਬੜਾ ਵਧੀਆ ਜਿਹੜਾ ਕੰਮ ਕਰਦਾ ਜੇ ਰੀਜ ਪੂਰੀ ਕੀਤੀ ਆ ਲੈਣੀ ਕਾਲੀ ਸਕੋਰ ਵੀ ਹੋਈ ਬਾਬਾ ਜੀ ਗੱਡੀ ਯਾਰ ਅੰਦਰ ਲਵਾ ਦੋ ਇੱਥੇ ਹੋ ਗਿਆ ਵਾ ਹਨੇਰਾ ਜਿਹਾ ਹੋ ਗਿਆ ਫੋਟੋ ਵੀ ਨਹੀਂ ਵਧੀਆ ਹੋਣੀ ਤਾਂ ਕਹਿੰਦੇ ਉਹ ਰਿਸੈਪਸ਼ਨ ਤੇ ਲਾਓ ਉੱਥੇ ਕਰਦੇ ਫਿਰ ਫੋਟੋ ਫਾਟੋ
ਫਿਰ ਆ ਵੀ ਲਾਈਏ, ਇੰਨੀਆਂ ਮਹਿੰਗੀਆਂ ਲਈਆਂ, ਅੱਜ ਤੇ ਮੁੱਲ ਪੈਣਾ ਇਹਨਾਂ ਦਾ। ਕਿਉਂ ਸਰ, ਭਾਵੇਂ 500 ਹੋਰ ਨਾ ਦੇਣਾ ਪਏ, ਗੱਡੀ ਅੰਦਰ ਹੀ ਲਵਾਉਣੀ ਹੈ। ਗੱਡੀ ਅੰਦਰ ਆਊਗੀ, ਗੱਡੀ ਅੰਦਰ ਆਊ, ਵਕੀਲ ਆ ਝੜਪਾ, ਅੱਜ ਤੇਰੀ ਵਕੀਲੀ ਵੇਖਣੀ ਇੱਥੇ ਯਾਰ, ਗੱਡੀ ਆ ਗਈ ਸਮਝ ਲੈ। ਹਾਂ ਬਸ ਠੀਕ ਆ, ਫਿਰ ਗੱਡੀ ਤੇ ਲੈਣ ਦੀ ਸਮਝ ਲਓ, ਲੈ ਗਈ ਆਊ, ਮੰਨ ਗਿਆ ਲੈ ਵੀ ਵਕੀਲਾ ਮੰਨ ਗਿਆ, ਅੱਜ ਮੰਗਾ ਦਿੱਤੀ ਉੱਥੇ। ਫਿਰ ਕਿਹੜਾ ਸਾਰਾ ਕੁਝ ਲਾਤਾ, ਚੈੱਕ ਕਰ ਲਾ, ਉਹ ਯਾਰ ਕਵਰ ਕਵਰ ਨਹੀਂ ਹੋਣੇ, ਕਵਰ ਨਹੀਂ ਹੈਗਾ ਅਸੈਸਰੀ ਚ, ਲੈ ਟਾਇਰ ਬਹੁਤੇ ਬਦਲੇ ਸਰੀ ਚ, ਇੱਥੇ ਡਿਲੀਵਰੀ ਕਰਾਵਾਂ 4x4 ਹੀ ਆਉਂਦੇ ਯਾਰ, ਫੋਟੋ ਕਿੱਥੇ ਖਿਚਾਉਣ, ਖਿਲਾ ਖਿਲਾਉਣੀ ਚਾਦਰ ਵੀ ਲਿਆਉਣਾ, ਉਹ ਵੀ ਲਾਉਣੀ, ਉਹ ਚਾਦਰ ਪਾਣੀ ਕਿੰਨੇ ਘਰੀ ਲੱਤਣੀ ਹਲੇ ਵੀਡੀਓ ਬਣਾਉਣ ਕਰਕੇ, ਤਰਨ ਵੀਡੀਓ ਤਾਂ ਤਗੜੀ ਬਣਾਉਣੀ ਹੈ। ਹਾਂ ਗੱਡੀ ਕਰ ਲਈ ਪੂਰੀ ਡਨ ਤੇ ਹੋ ਗਈ ਡਿਲੀਵਰੀ, ਤੇ ਹੁਣ ਅਸੀਂ ਜਾਂਦੇ ਹਾਂ, ਪਹਿਲਾਂ ਖਾਵਾਂ ਪੀਵਾਂਗੇ ਕੁਛ, ਤੇ ਬਾਕੀ ਸਵੇਰ ਦੇ ਦੋ ਫੁਲਕੇ ਖਾਧੇ, ਉਹ ਵੀ ਨੀ ਖਾਧੇ ਮੈਂ ਤੇ, ਤੇ ਚਲੋ ਫਿਰ ਕਿੱਦਾਂ ਫਿਰ ਚਾਚਾ, ਠੀਕ ਆ, ਵਧਾਈਆਂ ਹੁਣ ਸਾਰਿਆਂ ਨੂੰ, ਮੁਬਾਰਕਾਂ ਤੁਹਾਨੂੰ ਵੀ, ਚਲੋ ਵੀ ਕੀ ਦਿੱਤਾ ਵਾ ਵੇਖੀਏ, ਸਹੀ ਗਿਫਟ ਮਿਲ ਗਿਆ ਮਿੱਤਰੋ, ਅਸੀਂ ਉੱਦਾਂ ਚੱਲੇ ਅਸੀਂ ਤੇ ਗਿਫਟ ਸਾਨੂੰ ਮਿਲ ਗਿਆ, ਹੁਣ ਜਾਂਦੇ ਹਾਂ ਤੇ ਚਲੋ ਫਿਰ ਵੇਖੋ ਸਹੀ ਕੀ ਆ, ਚਲ ਬਾਅਦ ਵੇਖਾਂਗੇ। ਐਵੇਂ ਫੋਨ ਪਰ ਪਤਾ ਨਹੀਂ ਕਿਹੜੀ ਹੈ, ਵੇਖੀ ਯਾਰ ਕੀ ਹੈ, ਡੀਜ਼ਲ ਆ ਕੇ ਪੈਟਰੋਲ, ਕਿੱਥੇ ਆ, ਅੱਛਾ ਇਹ ਡੀਜ਼ਲ ਹੀ ਹੁੰਦੀ ਹੈ, ਵੇਖ ਲਾ ਲੈ ਲਈ, ਇਹਨੂੰ ਪਤਾ ਨਹੀਂ ਹੈ, ਪਾ ਦਿਓ 5000 ਦਾ ਪਾ ਦਿਓ, ਹਾਂ ਇਹ ਡੀਜ਼ਲ ਹੀ ਹੁੰਦੀ ਮਾਮਾ, ਪੰਜ ਦਾ ਫੁੱਲ ਫੁੱਲ ਹੀ ਕਰੋ ਯਾਰ, ਫੁੱਲ ਹੀ ਕੀ ਭਾਅ ਕਰਨੇ ਦਾ ਪੈਣਾ ਵਾ, ਓਕੇ ਰਿਪੋਰਟਾਂ ਤੇ ਬਾਕੀ ਗੱਲ ਏਦਾਂ ਵੀ ਭੁੱਖ ਹੁਣ ਸਾਨੂੰ ਵੀ ਲੱਗੀ, ਅਸੀਂ ਵੀ ਖਾਂਦੇ ਕੋ ਤੇ ਗੱਡੀ 'ਚ ਤੇਲ ਪਾ ਤਾ ਵਾ, ਤੇ ਬਾਕੀ ਗੱਲਾਂ ਬਾਅਦ 'ਚ, ਹਾਂ ਚਲੋ ਤੇਲੀ ਵਾਲੀ ਤੇਲ ਪਾਇਆ ਭਰਾ, ਤੇਲੀ ਵਾਲੀ ਤੁਹਾਡੇ ਪੰਪ ਤੋਂ ਪਾਇਆ ਜੇ, ਟੈਂਕੀ ਕਰਾਤੀ ਫੁੱਲ, ਕਿੰਨੇ ਦੀ ਹੋਈ ਆ, ਭੁੱਖ ਬੜੀ ਲੱਗੀ, ਰੋਟੀ ਖਾਈ ਬਾਂਦਰ ਮੂਹੇ ਨੂੰ ਖਵਾਈ, ਤੇ ਬਾਕੀ ਤੁਸੀਂ ਕਮੈਂਟਾਂ 'ਚ ਦੱਸਿਓ ਕਿੱਦਾਂ ਕੀ ਹਿਸਾਬ ਕਿਤਾਬ ਆ, ਕਿਉਂ ਸਰ, ਓਕੇ ਰਿਪੋਰਟ, ਚਲੋ ਠੀਕ ਆ ਫਿਰ, ਰੋਟੀ ਆ ਕੇ ਕਰਦੇ, ਭੁੱਖ ਬਹੁਤ ਜ਼ਿਆਦਾ ਲੱਗੀ, ਜਲੰਧਰ ਆ ਗਏ ਹਾਂ, ਧੁੰਦ ਬੜੀ ਹੈ, ਹੌਲੀ ਹੌਲੀ ਤਾਂ ਹੁਣ ਜਾਂਦੇ ਘਰ, ਚਲੋ ਫਿਰ
ਡੱਬਾ ਲੈ ਲਈਏ। ਲੱਭਣ ਕੁਝ ਨਹੀਂ ਡਿਆ, ਰਾਤ ਨੂੰ ਰਾਤ ਨੂੰ ਬੰਦਾ ਨਿਕਲੇ ਹੀ ਨਾ, ਠੰਡ ਹੋ ਨਾ। ਚਲੋ ਅਜੇ ਲੱਗੂਗੀ ਕੈਮ, ਵੀਲ ਪਾ ਕੇ ਅਜੇ ਕੈਮ ਨੀ ਲੱਗਣ ਡੀ ਮੈਨੂੰ। ਲੋ ਵੀ ਹੋ ਗਈ ਗੱਲ ਬਾਤ ਡਨ। ਉਹਦਾ ਕਿੱਦਾਂ ਵਾ? ਹਾਂ ਲੈ, ਇਹਦਾ ਵੀ ਉਹੀ ਹਾਲ ਵਾ। ਲਓ ਵੀ ਓਕੇ, ਰਿਪੋਰਟ ਹੋ ਗਈ ਹੁਣ, ਬਾਕੀ ਮਿਲਦੇ ਸਵੇਰੇ, ਟਾਟਾ ਬਾਏ ਬਾਏ।